ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਹੁਣ ਸ਼ਰਾਧ ਚੱਲ ਰਹੇ ਨੇ। ਇਹਨਾਂ ਦਿਨਾਂ ਵਿੱਚ ਲੋਕ ਆਪਣੇ ਪਿੱਤਰਾਂ ਨੂੰ ਪੂਜਦੇ ਨੇ ਅਤੇ ਉਹਨਾਂ ਨੂੰ ਖੁਸ਼ ਕਰਦੇ ਨੇ ਤਾਂ ਕਿ ਉਹ ਉਹਨਾਂ ਦੇ ਪਰਿਵਾਰ ਨੂੰ ਆਸ਼ੀਰਵਾਦ ਦੇਣ ਅਤੇ ਉਹਨਾਂ ਦੇ ਪਰਿਵਾਰ ਵਿੱਚ ਖੁਸ਼ ਖੁਸ਼ਹਾਲੀ ਬਣੀ ਰਹੇ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰੀ ਤਿੰਨ ਸ਼ਰਾਧਾਂ 'ਤੇ ਇਹ ਕੁਝ ਕੰਮ ਕਰਨ 'ਤੇ ਧਨ ਸੰਪਦਾ ਵਿੱਚ ਵਾਧਾ ਹੁੰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ। ਮੱਸਿਆ ਵਾਲੇ ਦਿਨ ਪਾਠ ਪੂਜਾ ਕਰਕੇ ਅਰਦਾਸ ਕਰਕੇ ਆਰਤੀ ਦਾ ਗਾਇਨ ਕਰਨਾ ਹੈ। ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਪੈਦਾ ਹੋਵੇਗੀ। ਦੂਜਾ ਕੰਮ ਹੈ ਕਿਸੇ ਵੀ ਭੁੱਖੇ ਵਿਅਕਤੀ ਨੂੰ ਜਾਂ ਭੁੱਖੇ ਜਾਨਵਰ ਨੂੰ ਰੋਟੀ ਜਾਂ ਕੁਝ ਹੋਰ ਜ਼ਰੂਰ ਖਵਾਓ। ਇਸ ਨਾਲ ਉਹ ਤੁਹਾਨੂੰ ਅਸੀਸ ਦੇ ਕੇ ਜਾਵੇਗਾ ਜਿਸ ਨਾਲ ਤੁਹਾਡੇ ਸਾਰੇ ਹੀ ਕਾਰਜ ਸਿੱਧੇ ਹੋਣਗੇ। ਤੀਸਰਾ ਕੰਮ ਹੈ ਕਿ ਕਿਤੇ ਵੀ ਤੁਹਾਨੂੰ ਕੀੜਿਆਂ ਦਾ ਪੌਣ ਦਿਸੇ ਤੁਸੀਂ ਉੱਥੇ ਜਾ ਕੇ ਆਟਾ, ਕਣਕ, ਦਾਲ, ਚੌਲ, ਗੁੜ ਕੁਝ ਵੀ ਇਹਨਾਂ ਵਿੱਚੋਂ ਪਾ ਕੇ ਆਉਣਾ ਹੈ। ਇਸ ਨਾਲ ਤੁਹਾਡੇ ਕਰਮਾਂ ਵਿੱਚ ਜੋ ਵੀ ਗਲਤ ਹੋਵੇਗਾ ਉਹ ਪਰਮਾਤਮਾ ਸਾਰਾ ਕੁਝ ਠੀਕ ਕਰ ਦੇਣਗੇ।